ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਪ ਤੁਸੀਂ ਬਹੁਤ ਵਧੀਆ ਹੋਵੋਗੇ। ਅੱਜ ਅਸੀਂ ਮਨਾਉਣ ਜਾ ਰਹੇ ਹਾਂ ਨਵਾਂ ਵਲੌਗ, ਅਤੇ ਅੱਜ ਅਸੀਂ ਜਾਵਾਂਗੇ ਪਟਿਆਲੇ। ਉੱਥੇ ਮਿਲਾਵਾਂਗੇ ਤੁਹਾਨੂੰ ਬਹੁਤ ਹੀ ਵਧੀਆ ਇੱਕ ਪਰਸਨੈਲਿਟੀ ਨਾਲ। ਹੋਪ ਤੁਹਾਨੂੰ ਵਧੀਆ ਲੱਗੇਗਾ ਸਾਰਾ ਕੁਛ, ਅਤੇ ਬਾਹਰ ਮੌਸਮ ਬਹੁਤ ਹੀ ਜ਼ਿਆਦਾ ਵਧੀਆ ਹੈ। ਪਹਿਲਾਂ ਤੁਸੀਂ ਦੇਖੋ ਬਾਹਰ ਦਾ ਮੌਸਮ, ਬਾਹਰ ਦਾ ਮੌਸਮ ਬਹੁਤ ਵਧੀਆ, ਬਾਰਿਸ਼ ਹੋ ਰਹੀ, ਲੋਕੇਸ਼ਨ ਬਹੁਤ ਵਧੀਆ ਆਉਂਦੀ ਸਾਡੇ ਫਲੈਟ ਕੋਲ। ਹੁਣ ਚੱਲਦੇ ਹਾਂ ਆਪਾਂ ਦਿਲਜੋਤ ਦੇ ਕੋਲ, ਦੇਖਦੇ ਹਾਂ ਦਿਲਜੋਤ ਕੀ ਕਰਦੀ ਪਈ ਆ। ਮੈਂ 5 ਵਾਰੀ ਤਿਆਰ ਹੋ ਗਿਆ, ਇਹ ਵਾਲੇ 1 ਵਾਰੀ ਲੱਗੀ ਹੋਈ ਆ। ਤੁਸੀਂ ਸਿੱਧੀ ਤਰ੍ਹਾਂ ਕਹਿ ਕਿਉਂ ਨਹੀਂ ਦੇਣੇ, ਮੈਂ 5 ਵਾਰੀ ਵੀਡੀਓ ਬਣਾ ਲਈਏ ਤੇ ਮੇਰੇ ਤਾਂ ਵੀਡੀਓ ਬਣਦੀ ਨਹੀਂ ਪਈ। ਠੀਕ ਠੀਕ ਹੈ, ਨਵਾਂ ਨਵਾਂ ਕੰਮ ਹੈ ਨਾ। ਹੋਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹੋਰ ਕਿਵੇਂ ਲੱਗੀ ਜੋਬਨ ਦੀ ਸਟਾਰਟਿੰਗ, ਸਾਨੂੰ ਜ਼ਰੂਰ ਦੱਸਿਆ ਜੇ ਕਮੈਂਟ 'ਚ। ਮਿਲਾਵਾਂਗੇ ਬਟ ਉੱਥੇ ਜਾ ਕੇ ਹੀ ਦੱਸਾਂਗੇ। ਹਾਈਡਰਾ ਕੀ ਜੈ, ਹਾਈਡਰਾ ਕੀ ਜੈ, ਉੱਥੇ ਜਾ ਕੇ ਹੀ ਪਤਾ ਲੱਗੇਗਾ। ਹੁਣ ਅਸੀਂ ਵਾਲ ਸਿੱਖ ਲਈਏ ਥੋੜਾ ਥੋੜਾ। ਠੀਕ, ਬਾਹਰ ਦਾ ਮੌਸਮ ਦਿਖਾਇਆ ਸਾਰਿਆਂ ਨੂੰ? ਹਾਂ, ਬਾਹਰ ਬਹੁਤ ਬਹੁਤ ਸੋਹਣਾ ਮੌਸਮ ਹੈ ਅੱਜ। ਅੱਜ ਤਾਂ ਰੱਬ ਵੀ ਸਾਥ ਦੇ ਰਿਹਾ ਬਟ ਮੀਂਹ 'ਚ ਥੋੜਾ ਔਖਾ ਹੋ ਜਾਂਦਾ। ਇੱਕ ਨੇ ਵਾਈਟ ਬੂਟ ਪਾ ਕੇ ਆਣੇ ਆ, ਗੰਦੇ ਆ ਯਾਰ, ਵਾਈਟ ਨਾ ਪਾਵਾਂ ਮੈਂ, ਇਸੇ ਕਰਕੇ ਮੈਂ ਕਾਲੇ ਪਾਏ ਤੇ ਮੈਂ ਵਾਈਟ ਨਾ ਪਾਵਾਂ। ਪਾਲਾ ਪਾਲਾ ਯਾਰ, ਗੰਦੇ ਹੋ ਜਾਣਗੇ, ਮੀਂਹ ਹੈ ਬਾਹਰ, ਡਰਾਈ ਕਲੀਨ ਕਰਾ ਲਾਂਗੇ। ਠੀਕ ਹੈ, ਆ ਬਿਮਾਰ ਬੰਦੇ ਦਵਾਈ ਖਾ ਰਹੇ। ਕੀ ਹੋ ਗਿਆ ਤੈਨੂੰ? ਆ ਮੇਰੇ ਤਾਂ ਸ਼ੌਂਕ ਨੂੰ ਖਾਣੀ ਹੈ, ਮੇਰੇ ਡਰਾਈ ਫਰੂਟ ਹੈ, ਦਿਨੇ ਉੱਠ ਕੇ ਖਾਣਾ ਹੁੰਦਾ ਹੈ। ਹੋਮਿਓਪੈਥੀ ਦੀ ਦਵਾਈ ਖਾਧੀ ਹੁੰਦੀ। ਕੀ ਹੋ ਗਿਆ ਆਪਕੋ? ਜਿਹੜਾ ਕਿ ਦੋਨਾਂ ਨੇ ਪਾਏ ਬਲੈਕ ਸ਼ੂ, ਉਹਨੇ ਬੈਗ ਬੈਲੀ। ਹਾਂ ਫਿਰ ਯਾਰ, ਵਾਈਟ ਪਾ ਕੇ ਐਵੇਂ ਖਰਾਬ ਹੀ ਹੋਣੇ ਆ ਮੀਂਹ 'ਚ, ਐਦਾਂ ਹੀ ਠੀਕ ਹੈ। ਪੈਂਟਾਂ ਵੀ ਕਾਲੀਆਂ, ਮੈਨੂੰ ਲੱਗਦਾ ਤਾਂ ਹੀ ਪਾਈਆਂ। ਹਾਂ ਬਸ ਐਂ ਪੈ ਗਿਆ। ਚਲੀਏ ਫਿਰ ਆਪਾਂ ਹੁਣ। ਚਲ ਚਲ ਚਲੋ ਫਿਰ, ਓਕੇ ਓਕੇ, ਲੇਟ ਹੋ ਜਾਂਦੇ ਆ। ਹਾਂਜੀ, ਹੁਣ ਅਸੀਂ ਗੱਡੀ 'ਚ ਬੈਠ ਗਏ ਹਾਂ ਅਤੇ ਹੁਣ ਅਸੀਂ ਪਟਿਆਲੇ ਵੱਲ ਨੂੰ ਜਾ ਰਹੇ ਹਾਂ ਅਤੇ ਜਿੱਥੇ ਅਸੀਂ ਵਿਜ਼ਿਟ ਕਰ ਰਹੇ ਹਾਂ, ਅਸੀਂ ਫਸਟ ਟਾਈਮ ਵਿਜ਼ਿਟ ਕਰਨ ਦੀ ਵੀਡੀਓ ਬਣਾ ਰਹੇ ਹਾਂ। ਹੁਣ ਇਹ ਨਹੀਂ ਪਤਾ ਗਾ ਕਿ ਸਾਡੀ ਪਹਿਲੀ ਕੋਸ਼ਿਸ਼ ਵੀ ਵੀਡੀਓ ਬਣਾਉਣ ਦੀ, ਵਿਜ਼ਿਟ ਕਰਨ ਵਾਲੀ ਦੀ ਵੀਡੀਓ ਬਣਾਉਣ ਦੀ ਕਿਵੇਂ ਜਾਏਗੀ। ਬਾਕੀ ਅਸੀਂ ਆਪਣੇ ਵੱਲੋਂ ਪੂਰੀ ਮਿਹਨਤ ਕਰਾਂਗੇ, ਪੂਰੀ ਵਧੀਆ ਤਰੀਕੇ ਨਾਲ ਬਣਾਵਾਂਗੇ। ਬਾਕੀ ਤੁਹਾਡੇ 'ਤੇ ਡਿਪੈਂਡ ਕਰਦਾ, ਤੁਸੀਂ ਕਮੈਂਟਸ 'ਚ ਸਾਨੂੰ ਦੱਸੋਗੇ ਵੀ ਸਾਡੀ ਕੋਸ਼ਿਸ਼ ਕਿਵੇਂ ਦੀ ਰਹੀ, ਤੁਹਾਨੂੰ ਸਾਡੀ ਪਰਫੋਰਮੈਂਸ ਕਿਵੇਂ ਦੀ ਲੱਗੀ। ਅਤੇ ਬਾਕੀ ਅੱਜ ਮੌਸਮ ਬਹੁਤ ਜ਼ਿਆਦਾ ਸੋਹਣਾ ਹੈ ਅਤੇ ਬਾਰਿਸ਼ ਹੋ ਰਹੀ ਹੈ। ਚੰਡੀਗੜ੍ਹ ਵੀ ਬਹੁਤ ਜ਼ਿਆਦਾ ਸੀ ਅਤੇ ਇੱਥੇ ਥੋੜ੍ਹੀ ਘੱਟ ਹੈ। ਹਾਂ, ਇੱਥੇ ਘੱਟਦੀ ਜਾਂਦੀ ਹੈ, ਹਾਂ ਕਹਿ ਸਕਦੇ ਹਾਂ। ਅਤੇ ਬਾਕੀ ਮੈਨੂੰ ਲੱਗਦਾ ਸਾਰੇ ਕਿਤੇ ਬਾਰਿਸ਼ ਹੋ ਰਹੀ ਹੈ, ਹੈ ਨਾ? ਸਾਰੇ ਕਿਤੇ ਹੋ ਰਹੀ ਹੈ, ਸਾਰੇ ਪੰਜਾਬ 'ਚ। ਬਾਕੀ ਅਸੀਂ ਤੁਹਾਨੂੰ ਉੱਥੇ ਜਾ ਕੇ ਮਿਲਾਵਾਂਗੇ ਉਹਨਾਂ ਦੇ ਨਾਲ। ਕਿੰਨਾਂ ਦੇ ਨਾਲ? ਇਹ ਤਾਂ ਅਸੀਂ ਉੱਥੇ ਜਾ ਕੇ ਦੱਸਾਂਗੇ ਵੀ ਕਿੰਨਾਂ ਦੇ ਨਾਲ, ਹੁਣੇ ਨਹੀਂ ਦੱਸਦੇ। ਬਾਕੀ ਦੇਖੋ ਕੀ ਬਣਦਾ, ਬਹੁਤ ਐਕਸਾਈਟਿਡ ਹਾਂ ਇਸ ਚੀਜ਼ ਦੇ ਲਈ ਕਿਉਂਕਿ ਮੈਂ ਤਾਂ ਕਦੀ ਕੁਛ ਟਰਾਈ ਕੀਤਾ ਨਹੀਂ, ਫਸਟ ਟਾਈਮ ਟਰਾਈ ਕਰ ਰਹੀ ਹਾਂ। ਅਤੇ ਸਵੇਰੇ ਸਵੇਰੇ ਸਾਡਾ ਬਹੁਤ ਜ਼ਿਆਦਾ ਦੋਨਾਂ ਦਾ ਰੌਲਾ ਪਿਆ ਸੀ, ਇਸ ਗੱਲ ਤੋਂ ਪਿਆ ਸੀ ਕਿਉਂਕਿ ਜਿਹੜੀ ਜੋਬਨ ਨੇ ਪੱਗ ਬੰਨੀ ਹੈ ਇਹਦੇ 'ਤੇ ਥੋੜ੍ਹਾ ਜਿਹਾ ਮੇਰੇ ਦੁਪੱਟੇ ਦਾ ਕਲਰ ਚੜ ਚੁੱਕਿਆ ਹੈ। ਅਤੇ ਬਟ ਇੰਝ ਮੇਰੀ ਕੋਈ ਗਲਤੀ ਨਹੀਂ, ਇਹਦੇ ਵਿੱਚ ਜੋਬਨ ਦੀ ਹੀ ਗਲਤੀ ਹੈ, ਜੋਬਨ ਨੇ ਹੀ ਸਾਰੇ ਕੱਪੜੇ ਮਸ਼ੀਨ ਦੇ ਵਿੱਚ ਪਾਏ ਸੀ। ਜੋਬਨ ਨੂੰ ਦੇਖ ਲੈਣਾ ਚਾਹੀਦਾ ਸੀ ਕਿ ਲਾਲ ਚੁੰਨੀ ਹੈਗੀ ਹੈ ਵਿੱਚ ਕਿ ਨਹੀਂ। ਬਾਕੀ ਅੱਜ ਤੋਂ ਬਾਅਦ ਮੈਂ ਜੋਬਨ ਨੂੰ ਕਦੇ ਨਹੀਂ ਕਹਿਣਾਗਾ ਕਿ ਜੋਬਨ ਮਸ਼ੀਨ ਦੇ ਵਿੱਚ ਕੱਪੜੇ ਪਾ ਦਿਓ। ਕੁੜੀਆਂ ਪੱਗ ਰੰਗ ਦੀ ਚੁੰਨੀ ਰੰਗਾਉਂਦੀਆਂ ਹੁੰਦੀਆਂ, ਇਹਨੇ ਚੁੰਨੀ ਰੰਗ ਦੀ ਪੱਗ ਰੰਗਾਤੀ ਮੇਰੀ। ਗੱਲ ਤਾਂ ਇੱਕ ਹੀ ਹੈ, ਜਿਵੇਂ ਮਰਜ਼ੀ ਕਰ ਲਓ। ਬਾਕੀ ਤੁਸੀਂ ਬਹੁਤ ਵਧੀਆ ਯੋਗਦਾਨ ਪਾਇਆ, ਤੁਹਾਡੇ ਬਹੁਤ ਬਹੁਤ ਧੰਨਵਾਦ। ਤੇ ਮੇਰੇ ਸਾਰੇ ਕੱਪੜਿਆਂ ਨੂੰ ਰੰਗ ਚੜ ਚੁੱਕਿਆ ਹੈ, ਮੇਰੇ ਕਿੰਨੇ ਹੀ ਕੱਪੜੇ ਖਰਾਬ ਹੋ ਗਿਆ ਤੇ ਜਸ਼ਨ ਦੀ ਵੀ ਟੀ-ਸ਼ਰਟ, 2 ਟੀ-ਸ਼ਰਟਸ ਖਰਾਬ ਹੋ ਗਈਆਂ। ਤੋਂ ਮੈਨੂੰ ਕਹਿ ਰਹੀ ਆ ਭਾਬੀ ਹੁਣ ਮੈਨੂੰ 2 ਦੀਆਂ 4 ਟੀ-ਸ਼ਰਟਸ ਲੈ ਕੇ ਦਿਓ। ਇੱਕ ਮੇਰੀ ਪੈਂਟ ਵੀ ਖਰਾਬ ਹੋਈ ਆ। ਹਾਂ ਜੀ, ਤੁਸੀਂ ਹੁਣ ਆਪਣੀ ਪੈਂਟ ਵੀ ਲੈ ਲਿਓ ਤੇ ਉਹਨੂੰ ਵੀ ਜਿਹੜੀਆਂ ਟੀ-ਸ਼ਰਟਸ ਚਾਹੀਦੀਆਂ ਉਹ ਲੈ ਕੇ ਦਿਓ।
ਹੁਣ ਅਸੀਂ ਪਟਿਆਲੇ ਪਹੁੰਚ ਚੁੱਕੇ ਹਾਂ ਤੇ ਇੱਥੇ ਵੀ ਬਹੁਤ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਪਲੱਸ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਜਿਹਦੇ ਕਰਕੇ ਸਾਨੂੰ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ ਉੱਥੇ ਪਹੁੰਚਣ ਦੇ ਵਿੱਚ ਤੇ ਬਾਕੀ ਅਸੀਂ ਹੁਣ ਅੱਗੇ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਣੇ ਹਾਂ ਜੀ ਅਸੀਂ ਪਹੁੰਚ ਗਏ ਹਾਂ ਜਿੱਥੇ ਪਹੁੰਚਣਾ ਸੀ ਫਾਈਨਲੀ ਅਸੀਂ ਪਹੁੰਚ ਗਏ ਹਾਂ ਡਾਕਟਰ ਜਸਮੀਨ ਕੌਰ ਜੀ ਕੋਲ ਮੈਂ ਉਹਨਾਂ ਕੋਲੋਂ ਹਾਈਡਰਾ ਫੇਸ਼ੀਅਲ ਲੈ ਚੁੱਕੀ ਹਾਂ ਜਿਸ ਤੋਂ ਬਾਅਦ ਕਿ ਮੈਨੂੰ ਆਪਣੀ ਸਕਿਨ ਬਹੁਤ ਜ਼ਿਆਦਾ ਸਮੂਥ ਔਰ ਗਲੋਇੰਗ ਗਲੋਇੰਗ ਮਹਿਸੂਸ ਹੋ ਰਹੀ ਹੈ ਅਤੇ ਮੇਰਾ ਟੈਨ ਵੀ ਸਾਰਾ ਰਿਮੂਵ ਹੋ ਚੁੱਕਿਆ ਹੈ ਅਤੇ ਬਾਕੀ ਹਜੇ ਰਿਜ਼ਲਟ ਟਾਈਮ ਪੈਣ ਦੇ ਨਾਲ ਹਾਈਡਰਾ ਫੇਸ਼ੀਅਲ ਦਾ ਰਿਜ਼ਲਟ ਆਉਂਦਾ ਹੈ ਲੇਕਿਨ ਮੈਨੂੰ ਹੁਣੇ ਨਾਲ ਹੀ ਆਪਣੇ ਆਪ 'ਚ ਫਰਕ ਦਿਖ ਰਿਹਾ ਹੈ ਨਾ ਜੋ ਬੰਦ ਦਿਖ ਰਿਹਾ ਨਾ ਬਾਕੀ ਸ਼ਕਲ ਹੀ ਆਉਂਦੀ ਹੈ ਬਾਕੀ ਹੁਣ ਇਸ ਤੁਹਾਨੂੰ ਮਿਲਾਵਾਂਗੇ ਡਾਕਟਰ ਜਸਮੀਨ ਕੌਰ ਦੇ ਨਾਲ ਅਤੇ ਬਾਕੀ ਉਹ ਤੁਹਾਨੂੰ ਆਪ ਦੱਸਣਗੇ ਥੋੜ੍ਹਾ ਬਹੁਤ ਅਤੇ ਬਾਕੀ ਉਹ ਤੁਹਾਨੂੰ ਗਾਈਡ ਕਰਨਗੇ ਥੋੜ੍ਹਾ ਜਿਹਾ ਯੂਨੀਕ ਜੀ ਚੀਜ਼ ਹੈ ਆਪਾਂ ਕਦੀ ਪਹਿਲਾਂ ਦੇਖੀ ਨਹੀਂ ਹੈ ਨਾ ਨਹੀਂ ਦੇਖੀ ਨਾਲ ਨਾਲ ਹੀ ਸਿਰਮ ਤੇ ਨਾਲ ਨਾਲ ਹੀ ਹਾਂ ਮਤਲਬ ਬਲੈਕ ਹੈਡਸ ਕੱਢਦੇ ਰਹੇ ਹਾਂ ਬਹੁਤ ਵਧੀਆ ਸੀ ਸਾਡਾ ਫਸਟ ਐਕਸਪੀਰੀਅੰਸ ਸੀ ਜੋ ਕਿ ਹੁਣ ਤੱਕ ਤਾਂ ਬਹੁਤ ਵਧੀਆ ਗਿਆ ਵਾਲੇ ਹੈਗੇ ਹੈ ਪਟਿਆਲਾ ਮੇਨ ਸਕਿਨ ਹੈਂਡਸ ਕਲੀਨਿਕ ਹੈਗਾ ਸਾਡਾ ਐਂਡ ਮੇਨ ਲੀਲਾ ਭਵਨ ਮਾਰਕੀਟ ਦੇ ਵਿੱਚ ਅਸੀਂ ਸਾਡਾ ਕਲੀਨਿਕ ਹੈਗਾ ਐਂਡ ਯੂ ਕੈਨ ਕੰਟੈਕਟ ਅਸ ਐਨੀ ਟਾਈਮ ਜਦੋਂ ਵੀ ਸਕਿਨ ਇਸ਼ੂਜ਼ ਕੋਈ ਵੀ ਹੋਵੇ ਸੋ ਵੀ ਕੈਨ ਹੈਲਪ ਯੂ ਠੀਕ ਹੈ ਜੀ ਬਾਕੀ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਪਹਿਲਾਂ ਅਸੀਂ ਮੈਮ ਨਾਲ ਗੱਲ ਕਰ ਲਈਏ ਵੀ ਹੈਵ ਆਲ ਦੀ ਟ੍ਰੀਟਮੈਂਟਸ ਮੋਸਟ ਆਫ ਦ ਟ੍ਰੀਟਮੈਂਟਸ ਦੈਟ ਯੂ ਆਰ ਪ੍ਰੋਬਲੀ ਲੁਕਿੰਗ ਫੋਰ ਇਨ ਪੰਜਾਬ ਸਾਰੀਆਂ ਬੈਸਟ ਆਫ ਮਸ਼ੀਨਸ ਹੈਗੀਆਂ ਸੋ ਅਸੀਂ ਇੱਥੇ ਤੁਹਾਡੀ ਹੈਲਪ ਕਰਨ ਨੂੰ ਹੈਗੇ ਹਾਂ ਇਫ ਯੂ ਹੈਵ ਐਨੀ ਕਾਇੰਡ ਆਫ ਸਕਿਨ ਕੰਸਰਨਸ ਜਿਵੇਂ ਕਿ ਇਹਨਾਂ ਨੂੰ ਹੁਣ ਅਸੀਂ ਪ੍ਰੋਪਰ ਗਾਈਡ ਕਰਦੇ ਹਾਂ ਮੈਂ ਹੁਣ ਇਹਨਾਂ ਨੂੰ ਜਿਵੇਂ ਆਕਾਸ਼ ਸੋਰੀ ਦਿਲਜੋਤ ਸਾਡੇ ਕੋਲ ਆਏ ਹੈ ਅਤੇ ਦਿਲਜੋਤ ਦੀ ਦੇਖਿਆ ਜਾਏ ਤਾਂ ਸਕਿਨ ਇਜ਼ ਵੈਰੀ ਗੁੱਡ ਮਤਲਬ ਆਈ ਟੋਲਡ ਹਰ ਕਿ ਚੰਗੀ ਹੈਗੀ ਹੈ ਇਹਨਾਂ ਨੂੰ ਕੋਈ ਕੰਸਰਨ ਨਹੀਂ ਹੈਗਾ ਸਕਿਨ ਕੰਸਰਨ ਅਪਾਰਟ ਫਰੋਮ ਆਫਕੋਰਸ ਸਟ੍ਰੈਸ ਰਿਲੇਟਡ ਥੋੜ੍ਹਾ ਬਹੁਤ ਯੂ ਨੋ ਡਲਨੈਸ ਹੋ ਜਾਂਦੀ ਹੈ ਜਾਂ ਕੁਛ ਵੀ ਸੋ ਆਈ ਸੁਜੈਸਟਡ ਹਰ ਕਿ ਆਪਾਂ ਹਾਈਡਰਾ ਫੇਸ਼ੀਅਲ ਕਰ ਸਕਦੇ ਹਾਂ ਕਿਉਂਕਿ ਆਪਾਂ ਯੰਗ ਪੇਸ਼ੈਂਟਸ ਵਿੱਚ ਬਹੁਤ ਜ਼ਿਆਦਾ ਸਕਿਨ ਨੂੰ ਨਹੀਂ ਛੇੜਦੇ ਹਾਈਡਰਾ ਫੇਸ਼ੀਅਲ ਜੋ ਆਪਾਂ ਇਹਨਾਂ ਲਈ ਕੀਤਾ ਇਟ ਇਜ਼ ਸਮਥਿੰਗ ਵੈਰੀ ਸੇਫ ਤੁਸੀਂ ਪਾਰਲਰ ਫੇਸ਼ੀਅਲਸ ਕਰਾਉਂਦੇ ਹੋ ਜਿਹਨਾਂ ਨੂੰ ਸਕਿਨ ਕੰਸਰਨ ਹੈਗੇ ਆ ਐਕਨੇ ਪ੍ਰੋਨ ਸਕਿਨ ਹੈਗੀ ਆ ਅਸੀਂ ਬਿਲਕੁਲ ਮਨਾ ਕਰਦੇ ਹਾਂ ਕਿ ਡੋਂਟ ਗੋ ਅਹੈਡ ਫੋਰ ਪਾਰਲਰ ਫੇਸ਼ੀਅਲਸ ਹਾਈਡਰਾ ਫੇਸ਼ੀਅਲ ਇਹ ਜਿਹਾ ਟ੍ਰੀਟਮੈਂਟ ਹੈ ਜਿਹੜਾ ਇਜ਼ ਸੂਟਡ ਫੋਰ ਐਵਰੀ ਵਨ ਕਿਸੇ ਦੀ ਡਰਾਈ ਸਕਿਨ ਹੈ ਕਿਸੇ ਦੀ ਓਇਲੀ ਕੰਜੈਸਟਡ ਸਕਿਨ ਹੈਗੀ ਹੈ ਸੋ ਇਟ ਕੈਨ ਬੀ ਕਸਟਮਾਈਜ਼ਡ ਅਕੋਰਡਿੰਗ ਟੂ ਐਵਰੀ ਸਕਿਨ ਟਾਈਪ ਇਹ ਸੀਗਾ ਅੱਜ ਦਾ ਸਾਡਾ ਸਸਪੈਂਸ ਹੁਣ ਮੇਰਾ ਹਾਈਡਰਾ ਫੇਸ਼ੀਅਲ ਹੋ ਚੁੱਕਿਆ ਹੈ ਅਤੇ ਹੁਣ ਅਸੀਂ ਜਾ ਰਹੇ ਹਾਂ ਵਾਪਿਸ ਚੰਡੀਗੜ੍ਹ ਅਸੀਂ ਚੰਡੀਗੜ੍ਹ ਵਾਪਿਸ ਜਾ ਰਹੇ ਹਾਂ ਅਤੇ ਅਸੀਂ ਇੱਥੇ ਵਿਜ਼ਿਟ ਕਰਨ ਆਏ ਸੀ ਅਸੀਂ ਵਿਜ਼ਿਟ ਕਰ ਲਿਆ ਬਹੁਤ ਵਧੀਆ ਸੀਗਾ ਹਾਂ ਬਹੁਤ ਜ਼ਿਆਦਾ ਵਧੀਆ ਸੀਗਾ ਰਿਜ਼ਲਟ ਬਹੁਤ ਵਧੀਆ ਆ ਰਿਹਾ ਤੁਸੀਂ ਮੇਰੇ ਫੇਸ 'ਤੇ ਦੇਖ ਸਕਦੇ ਹੋ ਅਤੇ ਉਸ ਤੋਂ ਬਾਅਦ ਵੱਜ ਗਏ ਨੇ 4 ਤੇ ਬਾਰਿਸ਼ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਹਾਲੇ ਤੱਕ ਹਾਂ ਇਹ ਕਿਹੜਾ ਜਗ੍ਹਾ ਤੋਂ ਫੜਿਆ ਅੱਜ ਇਹ ਮਾਈਕ ਇਸ ਮੇ ਮੈਂ ਯਾਰ ਮੈਨੂੰ ਤਾਂ ਇਹ ਮਾਈਕ ਦਾ ਕੋਈ ਫਾਇਦਾ ਨਹੀਂ ਲੱਗਿਆ ਅੱਛਾ ਵੇਖਣ 'ਚ ਬਹੁਤ ਸੋਹਣਾ ਲੱਗਦਾ ਵੇਖਣ 'ਚ ਹੀ ਹੈ ਨਾ ਤੇ ਕੰਮ ਤਾਂ ਨਹੀਂ ਨਾ ਕੋਈ ਕਰਦਾ ਇਹ ਬਹੁਤ ਜ਼ਿਆਦਾ ਬਾਰਿਸ਼ ਹੋਈ ਜਾਂਦੀ ਹੈ ਯਾਰ ਇੰਨੀ ਵੀ ਬਾਰਿਸ਼ ਚੰਗੀ ਨਹੀਂ ਲੱਗਦੀ ਪਟਿਆਲੇ ਦੀਆਂ ਗਲੀਆਂ 'ਚ ਗਾਹ ਪਿਆ ਹੋਇਆ ਸੀ 4-5 ਜਗ੍ਹਾ ਤੇ ਤਾਂ ਸਾਨੂੰ ਲੱਗਿਆ ਗੱਡੀ ਫਸ ਜਾਣੀ ਔਰ ਮੈਨੂੰ ਤਾਂ ਇੰਨਾ ਡਰ ਲੱਗਿਆ ਮੈਂ ਤਾਂ ਇਹੀ ਕਹੀ ਹੈ ਵਾਹਿਗੁਰੂ ਹੇ ਪ੍ਰਮਾਤਮਾ ਇੱਥੋਂ ਗੱਡੀ ਸਾਡੀ ਸਹੀ ਸਲਾਮਤ ਲੰਘ ਜਾਏ ਇਹਨੂੰ ਪਤਾ ਕੀ ਲੱਗਦਾ ਸੀ ਹੁਣ ਇਹ ਗੱਡੀ ਸੜਕ ਤੇ ਆਉਂਦੀ ਵੀ ਤਿਲਕ ਕੇ ਸੜਕ ਤੋਂ ਲੈ ਜਾਣੀ ਬਸ ਹਾਂ ਤਿਲਕਦੀ ਸੀ ਨਾ ਗੱਡੀ ਤਾਂ ਹੀ ਮੈਨੂੰ ਲੱਗਦਾ ਸੀ ਐਵੇਂ ਬਾਕੀ ਹੁਣ ਮੈਂ ਆਪਣੀਆਂ ਕਿਤਾਬਾਂ ਵੀ ਲੈ ਕੇ ਆਈ ਹਾਂ ਜੋ ਕਿ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਨੇ ਇਹਦੀਆਂ ਸਾਰੀਆਂ ਕਿਤਾਬਾਂ ਫੈਮਿਨਿਜ਼ਮ ਤੇ ਆ ਇਹ ਹਾਂ ਮੇਰਾ ਫਿਰ ਥੋੜਾ ਫੀਲਡ ਹੀ ਉਹੋ ਜਿਹਾ ਬਣ ਜਾਂਦਾ ਹੈ
ਸਾਰੀ ਬਾਤ ਦਾ ਬਣ ਜਾਂਦਾ ਤਾਂ ਮੈਂ ਸੋਚ ਸਕਦੇ ਹੋ ਮੇਰਾ ਆਉਣ ਵਾਲਾ ਟਾਈਮ ਕਿੰਨਾ ਮਾੜਾ ਹੋਊਗਾ। ਜ਼ਰੂਰੀ ਨਹੀਂ ਮਾੜਾ ਹੋਊਗਾ, ਚੰਗਾ ਵੀ ਹੋ ਸਕਦਾ। ਇੱਕ ਮੈਂ ਕਿਤਾਬ ਲੈ ਕੇ ਆਈ ਹਾਂ ਜੰਗ ਸਿਧਾਂਤ ਦੀ ਨਾਰੀਵਾਦ ਤੇ ਇਹ ਸਭ ਜਾ ਕੇ ਮੈਂ ਪੜਾਂਗੀ ਤੇ ਇੱਕ ਮੈਂ ਇਹ ਵਾਲੀ ਕਿਤਾਬ ਲੈ ਕੇ ਆਈ ਹਾਂ ਇੱਥੇ ਥੋੜਾ ਉਲਟਾ ਹੁੰਦਾ ਵੀਡੀਓ ਦੇ ਵਿੱਚ ਤੇ ਮੈਂ ਸਿੱਧਾ ਕਿਵੇਂ ਕਰਕੇ ਰਵਾਂ ਤੇ ਰਾਵੀ ਮੈਂ ਪੜਾਂਗੀ ਸਿੱਧੀ ਹੋ। ਇੱਕ ਆਹ ਕਿਤਾਬ, ਇੱਕ ਮੇਰੀ ਇਹ ਕਿਤਾਬ ਔਰਤਾਂ ਬਗੈਰ ਮਰਦ, ਇੱਕ ਮੇਰੀ ਇਹ ਕਿਤਾਬ ਹੈ, ਤੁਹਾਨੂੰ ਸਾਰਿਆਂ ਨੂੰ ਨਾਮ ਤਾਂ ਉਲਟੇ ਹੀ ਲਿਖੇ ਹੋਣੇ ਆ। ਫਿਰ ਚਲੋ ਪੜ੍ਹਦੀਆਂ ਨੇ, ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਕਿਤਾਬਾਂ ਬਿਨਾਂ ਤਾਂ ਯਾਰ ਜ਼ਿੰਦਗੀ ਅਧੂਰੀ ਲੱਗਦੀ ਹੈ। ਮੇਰੇ ਬਿਨਾਂ ਤੁਹਾਡੇ ਬਿਨਾਂ ਵੀ ਅਧੂਰੀ ਹੈਗੀ ਹੈ। ਤਿਆਰੀ ਕਰਾਂਗੇ, ਹੋਪ ਤੁਹਾਨੂੰ ਸਾਡਾ ਇਹ ਵੀਲੌਗ ਪਸੰਦ ਆਇਆ ਹੋਊਗਾ। ਅਤੇ ਸਾਨੂੰ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ, ਅਗਰ ਕਿਸੇ ਨੂੰ ਸਕਿੰਨ ਰਿਲੇਟਿਡ ਵੀ ਕੋਈ ਇਸ਼ੂ ਹੈ ਤਾਂ ਉਹ ਵੀ ਸਾਨੂੰ ਨੀਚੇ ਕਮੈਂਟ ਕਰ ਸਕਦਾ। ਅਤੇ ਬਾਕੀ ਡਾਕਟਰ ਜਸਮੀਨ ਕੌਰ ਜੀ ਨਾਲ ਤਾਂ ਤੁਹਾਨੂੰ ਮਿਲਾ ਹੀ ਚੁੱਕੇ ਹਾਂ, ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਸਕਿੰਨ ਦੀ ਜਾਂ ਹੋ ਰਹੀ ਹੈ ਤਾਂ ਤੁਸੀਂ ਪਟਿਆਲਾ ਦੇ ਵਿੱਚ ਇਹਨਾਂ ਦਾ ਸਕਿੰਨ ਹੈਂਡਸ ਕਲੀਨਿਕ ਹੈ, ਤੁਸੀਂ ਉੱਥੇ ਵਿਜਿਟ ਕਰ ਸਕਦੇ ਹੋ। ਐਡਰੈਸ ਅਸੀਂ ਨੀਚੇ ਮੈਂਸ਼ਨ ਕਰ ਦਾਂਗੇ, ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਜੋ ਐਡਰੈਸ ਹੈ ਉਹ ਮੈਂਸ਼ਨ ਕਰ ਦਾਂਗੇ। ਅਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡਾ ਇੱਦਾਂ ਵੀਲੌਗ ਕਿੱਦਾਂ ਲੱਗਿਆ। ਸਤਿ ਸ਼੍ਰੀ ਅਕਾਲ। ਸਕਿਨ ਵੀ ਗਲੋਇੰਗ ਹੋ ਰਹੀ ਹੈ।